ਪੰਜਾਬ ਚ ਨਿਸ਼ਾਨੀ ਝੋਟਾ ਫੀਆ ਜਾਂ ਇਹ ਉਹੀ ਕੰਮ ਕਰਦੇ ਨੇ, ਇਹ ਤੁਹਾਨੂੰ ਮੈਂ ਦਿਖਾਉਣਾ, ਉਹ ਬੇਈਮਾਨਾਂ ਨੂੰ ਉਹਨਾਂ ਦੇ ਜਵਾਕ ਖਾਣ ਇਹ ਤਾਂ ਗਿਣੀ ਚੱਲਿਓ। ਮਾਂ ਦੇ ਸ਼ੇਰੋ ਜਿਹੜੇ ਕਹਿੰਦੇ ਪੰਜਾਬ ਦਾ ਫੀਰ, ਤੂੰ ਵੀ ਕਰ, ਇਹ ਸਾਰਾ ਯੋਗਦਾਨ ਫੀਰ ਦਾ, ਫੀਰ ਦੀ ਟੀਮ ਦਾ, ਇਹਨਾਂ ਨੇ ਫੀਲਡਿੰਗ ਲਾਈ ਹੈ, ਮੈਂ ਤਾਂ ਇਹਨਾਂ ਨਾਲ ਆਇਆ। ਆਹ ਦੇਖੀ ਚੱਲੋ ਜਿਹੜੇ ਕਹਿੰਦੇ ਨਸ਼ਾ, ਇਹ ਨਾ ਇੱਕ ਕੈਪਸੂਲ ਖਾ ਕੇ ਦਿਖਾਵੇ, ਇਹ ਹੁਣ ਕੰਮ ਕਿਹਦਾ? ਪੁਲਿਸ ਦਾ, ਮੇਰਾ? ਆਹ ਪੜ ਉੱਤੇ ਕੀ ਲਿਖਿਆ, ਵੀ ਕੈਪਸੂਲ ਦੇ ਕੈਪਸੂਲ ਨੇ ਗਿਣੀ ਚੱਲੀ, ਕਿੰਨੇ ਨੇ ਹਜੇ ਹਜੇ ਨਿਕਲੀ ਜਾਓ ਪਟਾਰੀ ਚੋਂ ਸੱਪ। ਜਿਹੜਾ ਕਹਿੰਦਾ ਨਸ਼ਾ ਨੀ ਹੈਗਾ, ਮਾਨਸਾ ਚ ਝੋਟਾ ਬਦਨਾਮ ਕਰਦਾ, ਸੀਰਾ ਬਦਨਾਮ ਕਰਦਾ, ਉਹਨਾਂ ਨੂੰ ਪੁੱਛ ਲੋ ਹਜੇ ਖੜ ਜਾ, ਹਜੇ ਕੀ ਹੋਇਆ। ਛੋਟੇ ਛੋਟੇ ਇਹ ਪੁਲਿਸ ਦੇ ਡਰੱਗ ਇੰਸਪੈਕਟਰ ਨੂੰ ਕਿਉਂ ਨੀ ਦੇਖਦੇ, ਜਿਹੜੇ ਤੁਸੀਂ ਆਮ ਆਮ ਮੁੰਡੇ ਜਦ ਇਹਨੂੰ ਫੜ ਰਹੇ ਹੋ? ਕਦਾਂ ਨੀ ਪੈਸੇ ਲੈਂਦੇ ਨੇ, ਹੋਰ ਮੈਥੋਂ ਗਾਣਾ ਬਣੇਗਾ, ਹਫ਼ਤੇ ਬੰਨੇ ਹੋਏ ਨੇ। ਆਹ ਹੁਣ ਇਹਨਾਂ ਨੇ ਆਪਦੇ ਘਰੇ ਥੋੜੀ ਬਣਾ ਲਏ, ਇਹ ਮੈਡੀਕਲ ਤੋਂ ਲੈ ਕੇ ਆਏ ਨੇ, ਜਿਹੜੇ ਮੈਡੀਕਲ ਤੋਂ ਲੈ ਕੇ ਇਹਨਾਂ ਨੂੰ ਫੜਨ, ਉਹਦੇ ਪਰਚਾ ਪਾਉਣ, ਉਹਦੀ ਦੁਕਾਨ ਜ਼ਬਤ ਕਰਨ, ਉਹਦੀ ਪ੍ਰੋਪਰਟੀ ਜ਼ਬਤ ਕਰਨ। ਅਸੀਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਆਏ ਕਹਿੰਦੇ ਆ, ਕੌਲੀ ਚੱਟ ਚਮਚੇ, ਜਿਹੜੇ ਕੌਲੀ ਚੱਟ ਤੇ ਚਮਚੇ ਨੇ ਜਾਂ ਨਸ਼ਾ ਵੇਚਣ ਵਾਲੇ, ਉਹ ਕਰਦੇ ਨੇ ਸਾਡਾ ਵਿਰੋਧ, ਉਹਨਾਂ ਦੇ ਜਵਾਕਾਂ ਤੱਕ ਜ਼ਹਿਰ ਨਾ ਪਹੁੰਚੇ, ਅਸੀਂ ਉਹਨਾਂ ਦੇ ਜਵਾਕਾਂ ਨੂੰ ਬਚਾਉਣੇ ਆ। ਅਸੀਂ ਇਹਦੇ ਖਿਲਾਫ਼ ਕਾਰਵਾਈ ਕਰ ਰਹੇ, ਜਿਹੜੀ ਕਾਨੂੰਨ ਸਾਹਿਬ ਬੰਦੀ ਕਰ ਰਹੇ ਕਿੰਨੇ ਕੁ ਕੈਪਸੂਲ ਫੜੇ ਗਏ ਨੇ? ਇਹ ਅਸੀਂ ਇਹ ਕਰਕੇ ਦੇਖ ਕੇ ਕਰਦੇ, ਇਹ ਇਹਦਾ ਦੱਸਣ ਦਾ ਕੋਈ ਸ਼ਾਨ ਨਹੀਂ, ਪਰ ਬਾਕੀ ਜਾ ਕੇ ਦੇਖਦੇ। ਹੁਣ ਜਿਹੜੇ ਦੋ ਲੜਕੇ ਦਾ ਤੁਸੀਂ ਤੁਹਾਨੂੰ ਇਹਨਾਂ ਨੇ ਸਬਮਿਟ ਕਰਤੇ, ਜਿਹੜੇ ਮੈਡੀਕਲ ਆ ਉਹਦੀ ਮੰਗ ਕਰ ਰਿਹਾ ਕਿ ਮੈਡੀਕਲ ਅਸੀਂ ਲਿਖ ਕੇ ਭੇਜਾਂਗੇ, ਡਰੱਗ ਜਿਹੜੇ ਡਰੱਗ ਇੰਸਪੈਕਟਰ ਵੱਲੋਂ ਕਾਰਵਾਈ ਕਰਾਵਾਂਗੇ, ਜਿਹੜੀ ਕਾਨੂੰਨ ਸਾਹਿਬ ਅਸੀਂ ਨਹੀਂ, ਅਸੀਂ ਡਾਇਰੈਕਟਰ ਅਸੀਂ ਜਿਹੜੀ ਉਹਦੇ ਨਹੀਂ ਕਰ ਸਕਦੇ ਸੀ, ਡਰੱਗ ਇੰਸਪੈਕਟਰ ਨਾਲ ਲੈ ਕੇ ਜੋ ਬਣਦੀ ਕਾਰਵਾਈ ਦੇ ਖਿਲਾਫ਼। ਇਹ ਕਿੱਥੋਂ ਦੱਸੇ ਜਾ ਰਹੇ ਜੀ, ਕਿੱਥੋਂ ਲੈਂਦੇ ਨੇ ਜੀ? ਅਸੀਂ ਇਨਵੈਸਟੀਗੇਸ਼ਨ ਦਾ ਇਨਵੈਸਟੀਗੇਸ਼ਨ ਕਰ ਰਹੇ ਹਾਂ, ਕਿੱਥੇ ਖੁਦ ਮੁੰਡੇ ਮੰਨ ਰਹੇ ਅਸੀਂ ਮੈਡੀਕਲ ਤੋਂ ਲੈ ਕੇ ਆਏ, ਉੱਥੇ ਤੁਸੀਂ ਦੇਖਿਓ। ਮੈਂ ਹਜੇ ਪੁੱਛਣਾ ਸੀ ਤਾਂ ਮੈਨੂੰ ਇਹਨਾਂ ਨੇ ਦੱਸਿਆ ਹੀ ਹੈ, ਤੁਸੀਂ ਮੁੰਡੇ ਫੜੇ, ਅਸੀਂ ਉਹ ਕਰਕੇ ਉਹਨਾਂ ਨੂੰ ਇਨਵੈਸਟੀਗੇਸ਼ਨ ਦੇ ਕਿੱਥੇ ਲੈ ਕੇ ਤੁਹਾਡੇ ਚਲਾਨ ਕੱਟ ਦਿੰਦੇ ਹੋ ਕਿਸੇ ਜਵਾਕਾਂ ਨੇ, ਓਏ ਆਹ ਜਵਾਕਾਂ ਨੂੰ ਕੀ ਕਰਨਗੇ? ਇਹਨਾਂ ਨੂੰ ਕਿਤੇ ਨੀ ਰੋਕਿਆ ਬਾਈ, ਕਿੱਡੀ ਦੂਰੋਂ ਆਏ ਅਸੀਂ, ਇਹਨਾਂ ਦੇ ਮਾਗਰ ਆਏ ਆ, ਕਿਸੇ ਦਾ ਜੇ ਡਰ ਹੁੰਦਾ ਤਾਂ ਦੱਸੋ। ਪੁਲਿਸ ਪ੍ਰਸ਼ਾਸਨ ਕਿੱਥੇ ਹਾਲੇ ਤੱਕ ਨੀ ਆਇਆ, ਲਾਈਵ ਹੋ ਗਿਆ, ਘੰਟਾ ਚੱਲੀ ਜਾਂਦੇ ਨੇ ਝੁੱਟ ਦੇ ਪੇਜ ਤੇ, ਤੁਸੀਂ ਆ ਗਏ, ਇੰਨੇ ਆ ਲੋਕ ਆ ਗਏ, ਇਹ ਪਾਗਲ ਨੇ, ਪੁਲਿਸ ਕਿਉਂ ਨੀ ਵਰਤ ਗਿਆ? ਅਸੀਂ 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 ਕੋਈ ਮੁਲਾਜ਼ਮ ਹੈ, ਸਾਡੇ ਕੋਲੇ ਸੀ ਆਈ ਸਟਾਫ ਹੈ, ਕਿੰਨੀਆਂ ਏਜੰਸੀਆਂ ਸਰਕਾਰ ਦੀਆਂ, ਅੰਮ੍ਰਿਤਪਾਲ ਵੇਲੇ ਚਿੜੀ ਨੀ ਚੱਪਣ ਦਿੱਤੀ, ਪਹਿਲਾਂ ਤੁਹਾਡਾ ਪਿਓ ਨਾ ਆਉਂਦਾ ਯਾਰ, ਅੰਮ੍ਰਿਤਪਾਲ ਵੇਲੇ ਤੁਸੀਂ ਇਕੱਲੇ ਇਕੱਲੇ ਜਵਾਕ ਨੂੰ, ਅਸੀਂ ਅੰਮ੍ਰਿਤਪਾਲ ਵੇਲੇ ਇੱਕ ਵਾਰ ਜਵਾਕ ਨੇ ਸਟੇਟਸ ਪਾਇਆ ਸੀ ਬਾਈ ਦਾ, ਚੱਕੇ ਮੁਕਤਸਰ ਜੇਲ੍ਹ ਚ ਠੋਕਿਆ, ਜੋਕੇ ਤੋਂ ਲੱਗਿਆ ਤੁਰਿਆ ਮਗਰ, ਮਗਰ ਪੁਲਿਸ ਵੀ ਲੱਗੀ ਸੀਗੀ, ਠੀਕ ਹੈ। ਮੇਰੇ ਪਿੰਡ ਦੇ ਥਾਣੇ ਦਾ ਸੇਵਕ ਆਉਂਦਾ ਰਾ, ਉਹ ਮੇਰੇ ਮਗਰ ਵੀ ਆਇਆ ਸੀ, ਧੰਨਵਾਦ ਆ, ਚੱਲ ਉਹਦਾ ਵੀ ਜਿਉਂਦਾ ਰਹੇ, ਠੀਕ ਹੈ। ਇਸ ਤੋਂ ਬਾਅਦ ਅਸੀਂ ਮਾਨਸਾ ਕੈਂਚੀਆਂ ਦੇ ਆ ਗਏ, ਕੈਂਚੀਆਂ ਤੋਂ ਫੇਰ ਗਾਹ ਤੁਰ ਪਏ, ਮੈਂ ਝੋਟਾ ਕਹਿੰਦਾ ਤੈਨੂੰ ਕੋਈ ਮਰਵਾ ਨਾ ਦੇਵੇ, ਗੇਮ ਨਾ ਲਾਵੇ, ਕਹਿੰਦਾ ਮੈਂ ਤੇਰੇ ਨਾਲ ਚੱਲੂ, ਲਵਣ ਵਰਗੇ ਗੱਡੀ ਤੇ ਹੋਗੇ, ਠੀਕ ਹੈ, ਸੁਰਿੰਦਰ ਵਰਗੇ ਹੋ ਗਏ ਸਾਰੇ ਜਾਣੇ, ਅਸੀਂ ਅੱਡੋ ਅੱਡ ਟੀਮ ਬਣਾ ਲਈ, ਤਿੰਨ ਦੋ ਮੋਟਰਸਾਈਕਲਾਂ ਤੇ ਇੱਕ ਗੱਡੀ ਤੇ, ਠੀਕ ਹੈ, ਗੱਡੀ ਤੇ ਹੋ ਗਏ। ਇਹ ਤੋਂ ਬਾਅਦ ਜਦੋਂ ਇਹ ਆ ਗਏ, ਮੈਂ ਤੁਹਾਡਾ ਮੋਟਰਸਾਈਕਲ, ਸਾਡੀਆਂ ਤਾਂ ਪਤੰਦਰ ਲੋਈਆਂ ਵੀ ਲੈ ਗਏ।